ਬਿਲਾਲ ਭਾਈ, ਅਸੀਂ ਨਾ ਮੱਝਾਂ ਲਿਆਂਦੇ ਆ ਤੋਕੜਾਂ, ਵਿੱਚ ਕਈ ਦੁੱਧ ਦਿੰਦੀਆਂ ਹੁੰਦੀਆਂ, ਵਿੱਚ ਕਈ ਦੁੱਧ ਨਹੀਂ ਦਿੰਦੀ। ਮੱਝ ਵੇਖ ਕੇ ਥੱਲੋਂ ਚੱਡੇ ਦੀ ਲਿਬਾਸ ਦੀ ਸੋਹਣੀ ਮੱਝ ਲਈ ਦੀ, ਜਿਹੜੀ ਅੱਗੋਂ ਚੰਗੀ ਬਣ ਜੇ। ਵਿੱਚੋਂ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਤੇ ਦੁੱਧ ਦੇ ਲਾਲਚ ਨੂੰ ਪਾਈਦਾ ਵੰਡਾ, ਕਿ ਦੁੱਧ ਦੀ ਲੱਪ ਦਿੰਦੀਆਂ ਰਹਿ ਰਹੀਆਂ। ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਸਿਰਫ ਆ ਪੱਠਾ ਹੀ ਪਾਈ ਦੇਣ। ਤੋਕੜ ਮੱਝ ਨੂੰ ਰਜਵਾਂ ਪੱਠਾ ਹੀ ਮਿਲੀ ਜਾਏ ਨਾ ਹਰਾ, ਤੇ ਉਹ ਖੁਸ਼ ਰਹਿੰਦੀ ਹੈ। ਖੁੱਲਾ ਮਾਹੌਲ ਏ, ਵਾੜੇ ਬਣੇ ਨੇ, ਆਪਣੀ ਮਰਜ਼ੀ ਨਾਲ ਪੱਠੇ ਖਾਣ, ਆਪਣੀ ਮਰਜ਼ੀ ਨਾਲ ਪਾਣੀ ਪੀਣ, ਤੇ ਨਾ ਬੰਨ ਖੋਲੇ ਸਾਡਾ ਕੰਮ ਵੀ ਆਸਾਨ ਏ। ਉੱਤੋਂ ਮਾਲ ਡੰਗਰ ਵੀ ਰਾਜ਼ੀ, ਢਾਈ ਕਨਾਲਾ ਥਾਂ ਵੱਢ ਛੱਡਿਆ। ਇਹ ਤੇ ਹਲੇ ਦਾਤਰੀ ਨਾਲ ਵੜਨੇ ਪੈਂਦੇ ਤੇ ਮੌਤ ਵਾ ਕੇ ਆਈ ਨੀ ਸੀ, ਹਲੇ ਤੇ ਮਸ਼ੀਨ ਏ ਤੇ ਫੇਰ ਵੇਲ। ਮੈਂ ਉਹ ਗੱਲ ਕਰਦਾ ਸੀ ਕਿ ਠੇਕੇ ਦੇ ਪੈਸੇ ਨਾਲ ਜਾਂਦੇ ਹੀ ਨੇ, ਜਿਹੜਾ ਤੁਸੀਂ ਖਰਚਾ ਲਾਇਆ ਹੁੰਦਾ, ਜਦੋਂ ਘਾਟਾ ਪੈਂਦਾ ਉਹ ਵੀ ਲਾਈ ਜਾਂਦੇ। ਤੇ ਮੱਝ ਅਸੀਂ ਲੈਂਦੇ ਆ 2.5 ਦੀ 3 ਦੀ 3 ਦੀ ਤੋਕੜ, ਉਹ ਕੁਛ ਵੀ ਨਾ ਛੱਡੇ, 1.5 ਲੱਖ 1.5 ਲੱਖ 6 ਮਹੀਨੇ 7 ਮਹੀਨੇ ਬਾਅਦ ਮੱਝ ਛੱਡ ਜਾਂਦੀ। ਇਹ ਤੇ ਰੱਬ ਦੀ ਜ਼ਾਤ ਨੂੰ ਪਤਾ ਨਾ, ਜੇ ਕੋਈ ਪੁੱਛੇਗਾ ਕਹਿਣ ਵਾਲੇ ਤੇ ਬਣਾਂਗੇ ਭਾਈ 10 ਮਿਲੀਅਨ ਫਾਲੋਅਰ। ਜਦੋਂ ਕੋਈ ਬੰਦਾ ਆਉਂਦਾ ਨਾ, ਮੈਂ ਕਹਾਂਗਾ ਯਾਰ ਮੇਰੀ 70 ਕਿੱਲੇ ਮੂੰਜੀ, 100 ਕਿੱਲੇ ਮੂੰਜੀ, ਲੋਕਾਂ ਕਹਿਣਾ ਐਵੇਂ ਮਾਰੀ ਜਾਂਦਾ ਪਤਾ ਨੀ ਕਿਹਦੀ। ਜੇ ਮੱਝਾਂ ਵਾੜੇ 'ਚ ਫਿਰਦੀਆਂ ਨੇ ਕੋਈ 70-80, ਅਗਲਾ ਬੰਦਾ ਕਹਿੰਦਾ ਯਾਰ ਮਾਲ ਡੰਗਰ ਵਾਲਾ ਬੰਦਾ ਖਾਂਦਾ ਪੀਂਦਾ, ਲੋਕ ਪੈਸੇ ਵੀ ਧਾਰੇ ਦੇ ਦਿੰਦੇ ਨੇ, ਹਰ ਸ਼ੈ ਮਿਲ ਜਾਂਦੀ। ਦੇਖੋ ਭਾਈ, ਇੱਜ਼ਤ ਜ਼ਿਲਤ ਦੇਣ ਵਾਲੀ ਅੱਲਾ ਦੀ ਜ਼ਾਤ, ਮੈਂ ਜੰਮਿਆ ਆਪਣੀ ਮਰਜ਼ੀ ਨਾਲ ਨੀ, ਮਰਨਾ ਆਪਣੀ ਮਰਜ਼ੀ ਨਾਲ ਨੀ, ਤੇ ਵਿੱਚ ਵਿਚਾਲੇ ਮੇਰੀ ਮਰਜ਼ੀ ਕਿਵੇਂ ਚੱਲ ਸਕਦੀ ਹੈ। ਬੜੀ ਵੱਡੀ ਗੱਲ ਹੈ। ਤੇ ਉਹ ਮਾਲਕ ਦੀ ਜ਼ਾਤ ਨੇ ਇੱਥੇ ਤੱਕ ਲਿਆਂਦਾ ਸੀ, ਲੋਕਾਂ 'ਚ ਜਾਣ ਪਹਿਚਾਣ ਬਣ ਗਈ, ਮੈਨੂੰ ਕੌਣ ਜਾਣਦਾ ਸੀ। ਸਾਰੀ ਦੁਨੀਆ ਕੰਮ ਕਰਦੀ ਹੈ, ਪੱਠੇ ਪਾਉਂਦੇ ਨੇ, ਵਿੱਚ ਕੁਛ ਬੰਦੇ ਕਹਿੰਦੇ ਸੀ ਯਾਰ ਤੂੰ ਪੰਜਾਬੀ ਨੂੰ ਪ੍ਰਮੋਟ ਕਰਦਾ। ਮੈਂ ਪੰਜਾਬੀ ਨੂੰ ਕੀ ਪ੍ਰਮੋਟ ਕਰਨਾ, ਪੰਜਾਬੀ ਸਗੋਂ ਮੈਨੂੰ ਪ੍ਰਮੋਟ ਕੀਤਾ। ਹੁਣ ਦੇਖੋ ਮੈਂ ਇੱਥੇ ਬੈਠਾ ਨਾ, ਮੈਂ ਵੀਡੀਓ ਬਣਾਉਂਦੇ ਹਾਂ, ਜੋ ਮੇਰੀ ਰਿਐਲਿਟੀ ਹੈ, ਮੈਂ ਕੰਮ ਕਰਦਾ ਸਾਰਾ, ਮੈਂ ਗੋਹਾ ਚੁੱਕਦਾ ਹੀ ਵਹਾ ਦਿੰਦਾ। ਇਹਦੇ ਵਾਸਤੇ ਮੈਨੂੰ ਤਿਆਰ ਨਹੀਂ ਹੋਣਾ ਪੈਂਦਾ। ਲੋਕ ਕਹਿੰਦੇ ਨੇ ਨਾ ਕਿ ਯਾਰ ਤੇਰੀਆਂ ਤੇ ਮੌਜਾਂ ਲੱਗੀਆਂ, ਸੱਚੀ ਮੁੱਚੀ ਮੇਰੀਆਂ ਮੌਜਾਂ ਲੱਗੀਆਂ। ਜੇ ਮੈਂ ਇਹ ਵੀਡੀਓ ਤਿਆਰ ਸ਼ਿਆਰ ਹੋ ਕੇ ਬਾਹਰ ਜਾ ਕੇ ਬਣਾਉਣੀ ਹੁੰਦੀ ਕੋਈ, ਤੇ ਮੇਰੇ 3-3 ਘੰਟੇ ਤੇ ਮੈਂ ਕੰਮ ਵਿੱਚ ਹੀ ਛੱਡ ਕੇ ਜਾ ਕੇ ਨਹਾ ਧੋ ਕੇ ਤਿਆਰ ਹੋ ਕੇ ਫਿਰ ਜਾਇਆ ਕਰਨਾ ਸੀ ਘਰੋਂ, ਵੱਖਰੀਆਂ ਗਾਲਾਂ। ਤੇ ਲੋਕਾਂ ਨੇ ਵੀ ਕਹਿਣਾ ਫੋਕੀ ਟੋਰ ਬਣਾ। ਇਹ ਮੇਰੇ ਵੱਡੇ ਭਾਈ ਨੇ, ਇਹ ਮਾਸ਼ਾਅੱਲਾ ਡੰਗਰ ਡਾਕਟਰ ਹੈ, ਇਹਦਾ ਮੱਝਾਂ ਦਾ ਸਟੋਰ। ਡਾਕਟਰ ਉਹਨੇ ਕਿਹਾ ਤਾਂ ਹੀ ਬੜਾ ਸੀ ਯਾਰ, ਇਹਦੀ ਮੈਂ ਵੀਡੀਓ ਲਾਈ, ਇਹਨੇ ਮੈਂ ਕਿਹਾ ਮੇਰੀ ਵੀਡੀਓ ਬਣਾਓ, ਕਹਿੰਦਾ ਅੱਛਾ। ਇਹਨੇ ਮੈਂ ਕੈਮਰਾ ਆਪਣੇ ਵੱਲ ਚਲਾ ਕੇ ਦਿੱਤਾ, ਇਹਨੇ ਕਿਤੇ ਹੱਥ ਮਾਰਿਆ ਸਾਈਡ ਦੇ ਬਟਨ ਨੂੰ, ਫਰੰਟ ਕੈਮਰਾ ਚੱਲ ਗਿਆ ਇੰਜ ਕਰੇ। ਮੈਂ ਟੱਪ ਮਾਰੀ ਜਾਂਦਾ, ਮੈਂ ਕਿਹਾ ਵੀਡੀਓ ਬਣੀ, ਕਹਿੰਦਾ ਇਹ ਤੇਰੀ ਤਸਵੀਰ ਨਹੀਂ ਆ ਰਹੀ, ਇਹ ਗੱਲ ਕੀ ਹੈ। ਅਸਲਾਮ ਅਲੈਕੁਮ, ਆਪਣਾ ਪਾਕਿਸਤਾਨ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਜੀ। ਦੋਸਤੋ, ਮੈਂ ਇਸ ਵੇਲੇ ਮੌਜੂਦ ਹਾਂ ਜੀ ਨਨਕਾਣਾ ਸਾਹਿਬ ਬਿੰਡਰ ਸਰਾਈ ਫਾਰਮ 'ਤੇ। ਵਕਾਰ ਬਿੰਡਰ ਸਾਹਿਬ ਸਾਡੇ ਨਾਲ ਹੈ ਜੀ, ਇੱਥੇ ਆਪਣੇ ਫਾਰਮ 'ਤੇ ਕੰਮ ਸ਼ੰਮ ਕਰ ਰਹੇ ਆ, ਮਾਲ ਵਾਸਤੇ ਪੱਠੇ ਜਿਹੜੇ ਲੈ ਕੇ ਜਾ ਰਹੇ ਆ। ਮੱਝਾਂ ਇਹਨਾਂ ਕੋਲ ਵਾਹਵਾ ਨੇ ਅਤੇ ਮੱਝਾਂ ਵੀ ਅੱਛੀਆਂ ਨੇ, ਔਰ ਇਹ ਫਾਰਮਿੰਗ ਕਰਦੇ ਆ, ਡੇਅਰੀ ਫਾਰਮ ਦਾ ਵੀ ਕੰਮ ਕਰਦੇ ਔਰ ਦੂਸਰਾ ਜ਼ਰਾਈ ਫਾਰਮ ਦਾ ਵੀ ਕੰਮ ਕਰਦੇ ਆ, ਤੇ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਵਕਾਰ ਭਾਈ ਸੁਣਾਓ, ਕੀ ਹਾਲ? ਠੀਕ ਹੋ? ਸ਼ੁਕਰ ਅੱਲਾ ਦਾ। ਬਲਾਲ ਭਾਈ ਤੁਸੀਂ ਸੁਣਾਓ, ਸਿਹਤ ਵੀ ਠੀਕ ਆ? ਹਾਂਜੀ, ਅੱਲਾ ਦਾ ਸ਼ੁਕਰ ਜੀ। ਤੇ ਇਹ ਦੱਸੋ ਕਿ ਜਿਹੜਾ ਤੁਸੀਂ ਫਾਰਮ ਤੇ ਮੱਝਾਂ ਵਾਸਤੇ ਜਿਹੜੇ ਮੱਝਾਂ ਨੂੰ ਪਾਉਂਦੇ ਕੀ ਆ, ਜਿਹੜੀਆਂ ਤੁਹਾਡੀਆਂ ਮੱਝਾਂ ਐਡੀਆਂ ਤਗੜੀਆਂ ਤਗੜੀਆਂ ਨੇ? ਮੱਝਾਂ ਨੂੰ ਆ ਪੱਠੇ ਹੀ ਪਾਈ ਦੇ ਨੇ, ਆ ਵੇਖ ਲਓ ਤੁਹਾਡੇ ਸਾਹਮਣੇ। ਹਾਂਜੀ, ਕੋਈ 2.5 ਕਨਾਲਾ ਥਾਂ ਵੱਢ ਛੱਡਿਆ। ਸਹੀ। ਤੇ ਇਹ ਤੇ ਹਲੇ ਦਾਤਰੀ ਨਾਲ ਵੜਨੇ ਪੈਂਦੇ ਤੇ ਮੌਤ ਵਾ ਕੇ ਆਈ ਨੀ ਸੀ, ਹਲੇ ਤੇ ਮਸ਼ੀਨ ਹੈ ਤੇ ਫਿਰ ਵੇਖ ਲਓ ਕੀ। ਗਰਮੀ ਬਹੁਤ ਜ਼ਿਆਦਾ ਹੈ। ਅੱਛਾ, ਕਈ ਬੰਦੇ ਨੁਸਖੇ ਵਗੈਰਾ ਲਗਾਉਂਦੇ ਨੇ ਮੱਝਾਂ ਨੂੰ, ਪਤਾ ਨਹੀਂ ਕੀ ਕੀ ਮਸਾਲੇ ਪਾਉਂਦੇ ਨੇ ਅਤੇ ਤਿਆਰ ਕਰਦੇ ਨੇ, ਵੰਡੇ ਪਾਉਂਦੇ ਨੇ ਅਤੇ ਫਿਰ ਮੱਝਾਂ ਹੁੰਦੀਆਂ ਨੇ, ਲੇਕਿਨ ਉਹ ਵਕਤੀ ਤੌਰ 'ਤੇ ਕੰਮ ਸਹੀ ਹੁੰਦਾ ਉਹਨਾਂ ਦਾ, ਜਦੋਂ ਅਗਲੇ ਦੇ ਘਰ ਜਾਂਦੀਆਂ ਨੇ ਫਿਰ ਦੁੱਧ ਘਟਾਈ ਜਾਂਦੀਆਂ ਨੇ। ਬਿਲਾਲ ਭਾਈ, ਅਸੀਂ ਨਾ ਮੱਝਾਂ ਲਿਆਉਂਦੇ ਹਾਂ ਤੋਕੜਾਂ ਜੀ, ਜਿਹੜੀਆਂ ਵਿੱਚ ਕਈ ਦੁੱਧ ਦਿੰਦੀਆਂ ਹੁੰਦੀਆਂ, ਵਿੱਚ ਕਈ ਦੁੱਧ ਨਹੀਂ ਦਿੰਦੀਆਂ। ਮੱਝ ਵੇਖ ਕੇ ਥੱਲੋਂ ਚੱਡੇ ਦੀ ਲਿਬਾਸ ਦੀ ਸੋਹਣੀ ਮੱਝ ਲਈ ਦੀ ਹੈ, ਜਿਹੜੀ ਅੱਗੋਂ ਚੰਗੀ ਬਣ ਜੇ। ਤੇ ਉਹਨੇ ਵਿੱਚੋਂ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਤੇ ਦੁੱਧ ਦੇ ਲਾਲਚ ਨੂੰ ਪਾਈਦਾ ਵੰਡਾ, ਕਿ ਦੁੱਧ ਦੀ ਲੱਪ ਦਿੰਦੀਆਂ ਰਹਿ ਰਹੀਆਂ। ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਸਿਰਫ ਆ ਪੱਠਾ ਹੀ ਪਾਈਦੇ ਨੇ। ਸਹੀ। ਤੋਕੜ ਮੱਝ ਨੂੰ ਰਜਵਾਂ ਪੱਠਾ ਹੀ ਮਿਲੀ ਜਾਏ ਨਾ ਹਰਾ, ਜੀ ਜੀ, ਤੇ ਉਹ ਖੁਸ਼ ਰਹਿੰਦੀ ਹੈ।
ਖੁੱਲਾ ਮਾਹੌਲ ਹੈ, ਵਾੜੇ ਬਣੇ ਨੇ, ਆਪਣੀ ਮਰਜ਼ੀ ਨਾਲ ਪੱਠੇ ਖਾਣ, ਆਪਣੀ ਮਰਜ਼ੀ ਨਾਲ ਪਾਣੀ ਪੀਣ ਜੀ, ਤੇ ਨਾ ਬੰਨ ਖੋਲੇ, ਸਾਡਾ ਕੰਮ ਵੀ ਆਸਾਨ ਹੈ, ਉੱਤੋਂ ਮਾਲ ਡੰਗਰ ਵੀ ਰਾਜ਼ੀ ਹੈ, ਵੰਡਾ ਵੁੰਡਾ ਕੋਈ ਨਹੀਂ ਪਾਈਦਾ, ਚੋਕਰ 'ਚ ਤੇਲ ਪਾਉਂਦੇ ਰਹੇ ਹਾਂ ਜੀ ਜੀ, ਸਿਆਲ ਅਤੇ ਗਰਮੀ ਸੋਨ ਭਾਦਰੋਂ ਦਾ ਮਹੀਨਾ ਨਹੀਂ ਪਾਇਆ ਕਿਉਂਕਿ ਬਾਦੀ ਚੀਜ਼ਾਂ ਨੇ ਸਹੀ ਅਤੇ ਥਣਾਂ 'ਤੇ ਅਟੈਕ ਹੁੰਦਾ। ਅੱਛਾ ਵਕਾਰ ਬਾਈ, ਅੱਜ ਕੱਲ੍ਹ ਜ਼ਰਾਈ ਫਾਰਮ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜ਼ਿਮੀਦਾਰ ਹੈ, ਉਹਦੇ ਹਾਲਾਤ ਬੜੇ ਖਰਾਬ ਨੇ, ਉਹਨੇ ਮਾਰ ਛੱਡਿਆ ਤੇ ਜ਼ਿਮੀਦਾਰ ਸੋਚਦੇ ਆ ਕਿ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਜਿਹੜਾ ਕਿ ਨਾਲ ਚੱਲਦਾ ਰਹੇ। ਅੱਗੇ ਮੈਂ ਤੁਹਾਡੇ ਵਾਲਾ ਸਾਹਿਬ ਕੋਲ ਬੈਠਾ ਸੀ, ਚਾਚੀ ਹੋਣਾ ਕੋਲ, ਉਹ ਵੀ ਕਹਿ ਰਹੇ ਸੀ ਕਿ ਜਿਹੜਾ ਬੰਦਾ ਮਾਲ ਡੰਗਰ ਦਾ ਕੰਮ ਕਰਦਾ ਹੈ ਨਾ, ਉਹ ਇਹ ਮਾਲ ਡੰਗਰ ਉਹਦਾ ਨੁਕਸਾਨ ਨਹੀਂ ਕਰਦਾ, ਲੇਕਿਨ ਉੱਥੇ ਮਿਹਨਤ ਕਰੋ ਅਤੇ ਉਹ ਡਿਊਟੀ ਪੂਰੀ ਕਰਨੀ ਚਾਹੀਦੀ ਹੈ। ਸਰ ਜੀ, ਜੇ ਤਾਂ ਤੁਸੀਂ ਮੱਝਾਂ ਨੂੰ ਕੰਡ ਨਹੀਂ ਨਾ ਕਰਦੇ ਜੀ, ਅਤੇ ਮੱਝਾਂ ਤੁਹਾਨੂੰ ਕੰਡ ਨਹੀਂ ਕਰਦੀਆਂ, ਜੇ ਤੁਸੀਂ ਉਹਨਾਂ ਨਾਲ ਕੰਡ ਕਰਦੇ ਹੋ ਨਾ, ਤਾਂ ਤੁਹਾਡੇ ਵੱਲ ਅਸੀਂ ਕੰਡ ਕਰਦੀਆਂ। ਸਹੀ, ਯਾਦ ਆ ਜਾਏਗਾ ਕਿ ਬੰਦੇ ਨੂੰ ਸਮਝ ਲੱਗ ਜਾਂਦੀ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਇੱਥੇ ਸਾਡੇ ਵਾਲੇ ਏਰੀਏ 'ਚ 2 ਲੱਖ ਰੁਪਇਆ ਠੇਕਾ ਚੱਲਦਾ ਜੀ, ਠੀਕ ਹੈ। ਉਸ ਤੋਂ ਬਾਅਦ ਮੂੰਜੀ ਦੇ ਉੱਤੇ ਖਰਚਾ ਪਾਈਏ 1,20,000 ਰੁਪਇਆ ਖਰਚਾ, ਹਾਂਜੀ, ਕਣਕ ਦਾ ਕੋਈ 50-60,000 ਰੁਪਇਆ ਕਣਕ ਦਾ ਖਰਚਾ ਆ ਜਾਂਦਾ, ਕੋਈ 1,20,000 ਮੂੰਜੀ ਦਾ। ਹੁਣ ਮੂੰਜੀ ਜਿਹੜੀ ਅਸੀਂ ਮੂੰਜੀ 'ਤੇ ਖਰਚਾ ਕੀਤਾ ਸੀ 1,20,000, 75,000 ਦੀ ਹੋਈ ਹੈ ਮੂੰਜੀ, ਖਰਚੇ ਦੇ ਪੈਸੇ ਵੀ ਨਹੀਂ ਪੂਰੇ ਹੋਏ। ਉਸ ਤੋਂ ਬਾਅਦ 6 ਮਹੀਨੇ ਦਾ ਜਿਹੜਾ ਠੇਕਾ ਹੈ ਨਾ, 1,00,000 ਰੁਪਇਆ ਉਹ ਵੀ ਘਾਟਾ ਗਿਆ। ਅੱਛਾ, ਪਿਛਲੀ ਮੂੰਜੀ ਤਾਂ ਰੋਲ ਗਈ ਹੈ, ਅਤੇ ਦੂਸਰੀ ਮੂੰਜੀ ਕੁਛ ਬਚਾਏਗੀ? ਦੂਸਰੀ ਮੂੰਜੀ ਬਚਾਏਗੀ, ਮੈਂ ਉਹ ਗੱਲ ਕਰਦਾ ਸੀ ਕਿ ਠੇਕੇ ਦੇ ਪੈਸੇ ਨਾਲ ਜਾਂਦੇ ਹੀ ਨੇ, ਜਿਹੜਾ ਤੁਸੀਂ ਖਰਚਾ ਲਾਇਆ ਹੁੰਦਾ ਜਦੋਂ ਘਾਟਾ ਪੈਂਦਾ ਉਹ ਵੀ ਲਾਈ ਜਾਂਦੇ ਨੇ, ਅਤੇ ਮੱਝ ਅਸੀਂ ਲੈਂਦੇ ਹਾਂ 2.5-3 ਦੀ ਤੋਕੜ, ਉਹ ਕੁਛ ਵੀ ਨਾ ਛੱਡੇ, 1.5 ਲੱਖ 6-7 ਮਹੀਨੇ ਬਾਅਦ ਮੱਝ ਛੱਡ ਜਾਂਦੀ ਹੈ, ਅਤੇ ਜਿਹੜੀ ਅਸਲ ਰਕਮ ਹੁੰਦੀ ਉਹਦੀ ਉਹ ਵੀ ਵਾਪਸ ਆਈ। ਜ਼ਿਆਦਾ ਇਹਦਾ ਫਾਇਦਾ ਪਤਾ ਕੀ ਹੈ, ਸਾਡੀ ਜਿਹੜੀ ਆਵਾਮ ਹੈ ਨਾ ਪਾਕਿਸਤਾਨੀ, ਅਗਰ ਮੱਝਾਂ ਦਾ ਕੰਮ ਜ਼ਿਆਦਾ ਹੋਏਗਾ ਨਾ, ਤਾਂ ਉਹਨਾਂ ਨੂੰ ਦੁੱਧ ਵੀ ਸਹੀ ਮਿਲੇਗਾ। ਫਿਰ ਉਸ ਤੋਂ ਬਾਅਦ ਜਿਹੜਾ ਮਾਲ ਡੰਗਰ ਹੈ, ਜਦੋਂ ਕੋਈ ਬੰਦਾ ਆਉਂਦਾ ਨਾ, ਮੈਂ ਕਹਾਂਗਾ ਯਾਰ ਮੇਰੀ 70 ਕਿੱਲੇ ਮੂੰਜੀ, 100 ਕਿੱਲੇ ਮੂੰਜੀ, ਲੋਕਾਂ ਕਹਿਣਾ ਐਵੇਂ ਮਾਰੀ ਜਾਂਦਾ, ਪਤਾ ਨਹੀਂ ਕਿਹਦੀ ਗਿਣਾਈ, ਪਤਾ ਨਹੀਂ ਕਿਹਦੀ। ਅਤੇ ਜੇ ਮੱਝਾਂ ਵਾੜੇ 'ਚ ਫਿਰਦੀਆਂ ਨੇ ਕੋਈ 70-80, ਅਗਲਾ ਬੰਦਾ ਕਹਿੰਦਾ ਯਾਰ ਮਾਲ ਡੰਗਰ ਵਾਲਾ ਬੰਦਾ ਹੈ, ਖਾਂਦਾ ਪੀਂਦਾ। ਲੋਕ ਪੈਸੇ ਵੀ ਧਾਰੇ ਦੇ ਦਿੰਦੇ ਨੇ, ਹਰ ਸ਼ੈ ਮਿਲ ਜਾਂਦੀ ਹੈ, ਅਤੇ ਜਦੋਂ ਵਾੜੇ 'ਚ ਕੁਛ ਨਾ ਆਏ, ਲੋਕਾਂ ਕਹਿੰਦਾ ਭੁੱਖਾ ਮਰਦਾ ਹੈ, ਠੱਗੀ ਲਾਏਗਾ ਅਤੇ ਭੁੱਖ। ਸਹੀ ਹੋ ਗਿਆ। ਅੱਛਾ ਵਕਾਰ ਬਾਈ, ਆਪਣੇ ਅੱਜ ਕੱਲ੍ਹ ਵਲੋਗ ਜਿਹੜੇ ਆ ਤੁਹਾਡੇ ਚੈਨਲ 'ਤੇ, ਤੁਸੀਂ ਬੜੇ ਅੱਛੇ ਵਲੋਗ ਪਾਉਂਦੇ ਹੋ, ਅਸਲ ਚੀਜ਼ ਹੁੰਦੀ ਹੈ ਰਿਐਲਿਟੀ, ਉਹ ਲੋਕ ਦੇਖਣਾ ਚਾਹੁੰਦੇ ਆ, ਕੋਈ ਬਨਾਵਟ ਨਹੀਂ ਹੁੰਦੀ, ਤੁਸੀਂ ਅੱਜ ਕੱਲ੍ਹ ਕਿਉਂ ਨਹੀਂ ਅਪਲੋਡ ਕਰ ਰਹੇ, ਕੀ ਵਜ੍ਹਾ? ਯਾਰ ਮੈਂ ਨਾ ਵਲੋਗ ਇਸ ਵਜ੍ਹਾ ਤੋਂ ਨਹੀਂ ਸੀ ਪੋਸਟ ਕਰ ਰਿਹਾ, ਮੈਂ ਵਲੋਗ ਪਾਉਂਦਾ ਹੁੰਦਾ ਸੀ, ਰੋਜ਼ ਦੀ ਡੇਲੀ ਰੂਟੀਨ ਸੀ ਹਾਂਜੀ, ਕਿ ਮੱਝਾਂ ਨੂੰ ਪੱਠੇ ਪਾ ਰਹੇ ਹਾਂ, ਮੱਝਾਂ ਚੋ ਰਹੇ ਹਾਂ, ਮੱਝਾਂ ਨੂੰ ਆ ਰਹੇ ਹਾਂ, ਪੱਠੇ ਲੈਣ ਆਏ ਹਾਂ, ਗੋਹਾ ਸੱਟਣ ਚੱਲੇ ਹਾਂ, ਇੰਜ ਉਹ ਰੋਜ਼ ਜਿਵੇਂ ਬੰਦਾ ਆਪ ਨਹੀਂ ਆਖ ਜਾਂਦਾ ਕਿ ਯਾਰ ਮੈਂ ਕੀ ਰੋਜ਼ ਲੋਕਾਂ ਨੂੰ ਇੱਕ ਚੀਜ਼ ਦਿਖਾਈ ਜਾਂਦਾ। ਕੋਈ 12-13 ਦਿਨ ਮੈਂ ਵਲੋਗ ਨਹੀਂ ਪਾਇਆ, ਮੈਸੇਜ ਆਉਣ ਲੱਗ ਗਏ ਜੀ ਵਲੋਗ ਕਿਉਂ ਨਹੀਂ ਪਾਉਂਦੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਮੇਲਾਂ ਆਉਣ ਲੱਗ ਗਈਆਂ ਮੈਨੂੰ ਕਿ ਮੈਸੇਜ ਕਿਉਂ ਨਹੀਂ, ਉਹ ਵਲੋਗ ਕਿਉਂ ਨਹੀਂ ਪਾ ਰਹੇ ਤੁਸੀਂ ਜੀ? ਜੀ, ਅਸਲ 'ਤੇ ਲੋਕ ਆਦੀ ਹੋ ਜਾਂਦੇ ਆ ਨਾ। ਫਿਰ ਮੈਂ 12-ਕੁ ਦਿਨ ਬਾਅਦ ਸਾਡੇ ਕੋਲ ਮੱਝਾਂ ਵਿਕਣ ਵਾਲੀਆਂ ਸੀ, ਉਹਨਾਂ ਦੀ ਵੀਡੀਓ ਬਣਾ ਕੇ ਲਾਈ, ਉਹਦੇ ਥੱਲੇ 400 ਕਮੈਂਟ ਸੀ, 400 ਕਮੈਂਟ ਹੀ ਆਇਆ ਭਾਈ ਵਲੋਗ ਕਿਉਂ ਨਹੀਂ ਆਉਂਦਾ, ਭਾਈ ਵਲੋਗ ਕਿਉਂ ਨਹੀਂ ਆਇਆ। ਫਿਰ ਮੈਂ ਅਗਲੇ ਦਿਨ ਹੀ ਵਲੋਗ ਬਣਾਇਆ, ਮੈਂ ਕਿਹਾ ਯਾਰ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਰੋਜ਼ ਇੱਕੋ ਹੀ ਚੀਜ਼ ਦਿਖਾ ਰਿਹਾ ਸੀ, ਅਤੇ ਮੈਂ ਇਸ ਤੋਂ ਪਹਿਲਾਂ ਕਿ ਲੋਕ ਮੈਨੂੰ ਕਹਿਣਗੇ ਤੂੰ ਕੀ ਕਰਦਾ ਹੈ, ਕਿਉਂਕਿ ਮੇਰੇ ਸਾਰੇ ਕੰਮ ਲੋਕਾਂ ਨੂੰ ਯਾਦ ਹੋ ਗਏ ਨੇ ਕਿ ਪੱਠੇ ਕਿਸ ਟਾਈਮ ਲਿਆਉਣੇ ਨੇ, ਪਾਣੀ ਕਿਸ ਟਾਈਮ ਨੇ, ਅਤੇ ਮੱਝਾਂ ਕਿੰਨੀ ਵਾਰੀ ਨਵਾਉਣੀਆਂ, ਚੋਣੀਆਂ ਕਿੰਨੇ ਵਜੇ ਨੇ। ਫਿਰ ਉਹ ਇਸ ਕਰਕੇ ਫਿਰ ਬੰਦੇ ਸਾਰੇ ਕਹਿੰਦੇ ਨਹੀਂ ਭਾਈ ਤੁਸੀਂ ਵਲੋਗ ਡੇਲੀ ਪਾਇਆ ਕਰੋ, ਬਾਹਰੋਂ ਬੜੇ ਮੈਸੇਜ ਆਏ ਜਿਹੜੇ ਭਰਾ ਬਾਹਰ ਬੈਠੇ ਨੇ, ਸਹੀ ਹੋ ਗਿਆ, ਕੁਛ ਉੱਧਰਲੇ ਪੰਜਾਬ ਲਈ, ਕੁਛ ਇੱਧਰਲੇ ਆਪਣੇ ਪੰਜਾਬ ਵਾਲੇ, ਉਹ ਕਹਿੰਦੇ ਅਸੀਂ ਬਾਹਰ ਬੈਠੇ ਹਾਂ, ਅਸੀਂ ਪਿੱਛੇ ਇਹ ਕੁਝ ਹੀ ਕਰਦੇ ਰਹੇ ਹਾਂ, ਹਾਂਜੀ ਆਪਣਾ ਪਿਛੋਕੜ ਇਹ ਹੀ ਸਾਡਾ। ਹਾਂ, ਅਤੇ ਜਦੋਂ ਅਸੀਂ ਬਾਹਰ ਆਏ ਹਾਂ ਅਸੀਂ ਵੀਡੀਓ ਵੇਖਦੇ ਹਾਂ, ਅਸੀਂ ਖੁਸ਼ ਹੋ ਜਾਈਦਾ, ਬਿਲਕੁਲ ਜੀ, ਇੱਕ ਵਕਤ ਯਾਦ ਆ ਜਾਂਦਾ। ਹਾਂ, ਕਹਿੰਦੇ 10-20 ਸਾਲ ਪਿੱਛਾ ਅਸੀਂ ਇਹ ਕੰਮ ਕਰਦੇ ਰਹੇ ਹਾਂ, ਅਤੇ ਹੁਣ
ਸਾਨੂੰ ਵੇਖ ਕੇ ਖੁਸ਼ੀ ਹੁੰਦੀ ਕਿ ਯਾਰ ਅਸੀਂ ਵੀ ਇਹ ਕੰਮ ਕਰਦੇ ਰਹੇ ਹਾਂ। ਅੱਛਾ ਵਕਾਰ ਭਾਈ, ਇੱਕ ਪਰਸਨਲ ਜਿਹਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਟਿਕਟੋਕ ਅਕਾਊਂਟ ਜਿਹੜਾ ਤੁਹਾਡਾ ਮੇਨ ਅਕਾਊਂਟ ਜਿੱਥੇ ਮਸਲਨ 1 ਕਰੋੜ ਫਾਲੋਅਰ ਸੀ ਤੁਹਾਡਾ, ਹਾਂਜੀ, ਉਹ ਬੈਨ ਹੋਇਆ ਅਤੇ ਤੁਸੀਂ ਕਿਸੇ ਨੂੰ ਮਹਿਸੂਸ ਹੀ ਨਹੀਂ ਕਰਾਇਆ, ਕੋਈ ਰੌਲਾ ਨਹੀਂ ਪਾਇਆ, ਕੋਈ ਰੋਏ ਨਹੀਂ, ਅਤੇ ਲੋਕਾਂ ਨੇ ਜਿਨ੍ਹਾਂ 'ਤੇ ਬੈਨ ਹੋਏ ਲੋਕਾਂ ਨੇ ਤਾਂ ਜੀਣਾ ਆਰਾਮ ਕਰ ਦਿੱਤਾ ਰੋ ਰੋ ਕੇ। ਦੇਖੋ ਭਾਈ, ਇੱਜ਼ਤ ਜ਼ਿਲਤ ਦੇਣ ਵਾਲੀ ਅੱਲਾਹ ਦੀ ਜ਼ਾਤ, ਮੈਂ ਜੰਮਿਆ ਆਪਣੀ ਮਰਜ਼ੀ ਨਾਲ ਨਹੀਂ, ਮਰਨਾ ਆਪਣੀ ਮਰਜ਼ੀ ਨਾਲ ਨਹੀਂ, ਅਤੇ ਵਿੱਚ ਵਿਚਾਲੇ ਮੇਰੀ ਮਰਜ਼ੀ ਕਿਵੇਂ ਚੱਲ ਸਕਦੀ ਹੈ? ਬੜੀ ਵੱਡੀ ਗੱਲ ਹੈ। ਅਤੇ ਉਹ ਮਾਲਕ ਦੀ ਜ਼ਾਤ ਨੇ ਇੱਥੇ ਤੱਕ ਲਿਆਂਦਾ ਸੀ, ਲੋਕਾਂ 'ਚ ਜਾਣ ਪਹਿਚਾਣ ਬਣ ਗਈ, ਮੈਨੂੰ ਕੌਣ ਜਾਣਦਾ ਸੀ, ਸਾਰੀ ਦੁਨੀਆ ਕੰਮ ਕਰਦੀ ਹੈ, ਪੱਠੇ ਪਾਉਂਦੇ ਨੇ, ਵਿੱਚ ਕੁਛ ਬੰਦੇ ਕਹਿੰਦੇ ਸੀ ਯਾਰ ਤੂੰ ਪੰਜਾਬੀ ਨੂੰ ਪ੍ਰਮੋਟ ਕਰਦਾ, ਮੈਂ ਪੰਜਾਬੀ ਨੂੰ ਕੀ ਪ੍ਰਮੋਟ ਕਰਨਾ, ਪੰਜਾਬੀ ਸਗੋਂ ਮੈਨੂੰ ਪ੍ਰਮੋਟ ਕੀਤਾ ਕਿ ਸਾਡੀ ਮਾਂ ਬੋਲੀ ਹੈ ਮੈਂ ਬੋਲਦਾ, ਲੋਕ ਪਸੰਦ ਕਰਦੇ ਨੇ, ਜਿਹੜੇ ਆਪਣੇ ਭਰਾ ਬੈਠੇ ਨੇ ਪੰਜਾਬੀ ਭਰਾ, ਹਾਂਜੀ, ਜਿਨ੍ਹਾਂ ਦੀ ਮਾਂ ਬੋਲੀ ਉਹ ਸੁਣਦੇ ਨੇ, ਖੁਸ਼ ਹੁੰਦੇ ਨੇ ਕਿ ਯਾਰ ਜੋ ਹੈ ਉਹੀ ਚੀਜ਼ ਹੈ। ਹੁਣ ਦੇਖੋ ਮੈਂ ਇੱਥੇ ਬੈਠਾ ਨਾ, ਮੈਂ ਵੀਡੀਓ ਬਣਾਉਂਦੇ ਹਾਂ, ਜੋ ਮੇਰੀ ਰਿਐਲਿਟੀ ਹੈ, ਮੈਂ ਕੰਮ ਕਰਦਾ ਸਾਰਾ, ਮੈਂ ਗੋਹਾ ਚੁੱਕਦਾ ਹੀ ਵਿਖਾ ਦਿੰਦਾ, ਇਹਦੇ ਵਾਸਤੇ ਮੈਨੂੰ ਤਿਆਰ ਨਹੀਂ ਹੋਣਾ ਪੈਂਦਾ। ਲੋਕ ਕਹਿੰਦੇ ਨੇ ਨਾ ਕਿ ਯਾਰ ਤੇਰੀਆਂ 'ਤੇ ਮੌਜਾਂ ਲੱਗੀਆਂ, ਸੱਚੀ ਮੁੱਚੀ ਮੇਰੀਆਂ ਮੌਜਾਂ ਲੱਗੀਆਂ, ਜੇ ਮੈਂ ਇਹ ਵੀਡੀਓ ਤਿਆਰ ਸ਼ਿਆਰ ਹੋ ਕੇ ਬਾਹਰ ਜਾ ਕੇ ਬਣਾਉਣੀ ਹੁੰਦੀ ਕੋਈ, ਅਤੇ ਮੇਰੇ 3-3 ਘੰਟੇ 'ਤੇ ਮੈਂ ਕੰਮ ਵਿੱਚ ਹੀ ਛੱਡ ਕੇ ਜਾ ਕੇ ਨਹਾ ਧੋ ਕੇ ਤਿਆਰ ਹੋ ਕੇ ਫਿਰ ਜਾਇਆ ਕਰਨਾ ਸੀ, ਘਰੋਂ ਵੱਖਰੀਆਂ ਗਾਲਾਂ, ਅਤੇ ਲੋਕਾਂ ਨੇ ਵੀ ਕਹਿਣਾ ਫੋਕੀ ਟੋਰ ਬਣਾਈ। ਜਿਹੜੇ ਕੰਮ ਕਰਦੇ ਨਾ, ਜਿਹੜੇ ਵੀਡੀਓ ਦੇਖਦੇ ਹੋ, ਉਹਨਾਂ ਨੂੰ ਸਾਰਾ ਜੱਜ ਹੋ ਜਾਂਦਾ ਕਿ ਬੰਦਾ ਅਸਲ ਕਰ ਰਿਹਾ ਜਾਂ ਕਾਪੀ ਕਰ ਰਿਹਾ, ਨਕਲ ਕਰ ਰਿਹਾ। ਅਤੇ ਬਾਕੀ ਇਹ ਬੜੀ ਵੱਡੀ ਗੱਲ ਹੈ ਜੀ, ਬੜੇ ਬੜੇ ਚੈਨਲਾਂ 'ਤੇ ਮੈਂ ਤੁਹਾਡੀ ਇਹ ਗੱਲ ਸੁਣੀ ਹੈ ਕਿ ਵਕਾਰ ਭਿੰਡਰ ਦਾ ਅਕਾਊਂਟ ਬੈਨ ਹੋਇਆ ਸੀ ਅਤੇ ਉਹਨੇ ਤਾਂ ਨਿਸੀ ਰੋਇਆ, ਉਹਨੇ ਤਾਂ ਕਿਸੇ ਨੂੰ ਮਹਿਸੂਸ ਹੀ ਨਹੀਂ ਕਰਾਇਆ। ਮੈਂ ਉਸ ਜਗ੍ਹਾ ਪੈਸੇ ਫਸਾਏ ਵੀ, ਜਿਵੇਂ ਬੰਦਾ ਇਹ ਨੀ ਹੋਣੀ ਕਿ ਇੱਕ ਬੰਦਾ ਬੈਠਾ ਹੋਏ ਤੇ ਕਹਿੰਦੇ ਯਾਰ ਮੈਂ ਕਰ ਦਿੰਦਾ, ਫਲਾਣਾ ਬੰਦਾ ਇੰਨੇ ਪੈਸੇ ਲੈ ਲੇਗਾ, ਮੈਂ ਕਿਹਾ ਚੱਲ ਠੀਕ ਹੈ। ਤੇ ਮੈਨੂੰ ਇੱਕ ਦਿਨ ਬੰਦਾ ਕਹਿੰਦਾ ਕਿ ਯਾਰ ਤੁਸੀਂ ਕਿਸੇ ਕੋਈ ਟਰੱਸਟ ਵਾਲਾ ਬੰਦਾ ਲੱਭਣਾ ਸੀ, ਮੈਂ ਕਿਹਾ ਭਰਾਵਾ ਮੇਰਾ ਤਾਂ ਇਹ ਹਿਸਾਬ ਹੋਇਆ ਸੀ, ਮੈਨੂੰ ਜਿਹੜਾ ਮਿਲਦਾ ਸੀ ਮੈਂ ਉਹਦੇ 'ਤੇ ਟਰੱਸਟ ਕਰ ਲੈਂਦਾ ਸੀ ਕਿ ਇਹ ਬੰਦਾ ਇੰਜ ਦਾ, ਅਤੇ ਮੈਂ ਕਿਹਾ ਹੁਣ ਇਹ ਤਾਂ ਵਾਧੂ ਪਤਾ ਲੱਗਿਆ। ਅਸਲ ਗੱਲ ਇਹ ਨਾ ਕਿ 10,000 ਫਾਲੋਅਰ ਨਹੀਂ ਇਸ ਤਰ੍ਹਾਂ ਅਕਾਊਂਟ ਹੋ ਜਾਵੇ ਬਰਦਾਸ਼ਤ ਹੁੰਦੇ, 10 ਮਿਲੀਅਨ ਤਾਂ ਬਹੁਤ ਵੱਡੀ ਗੱਲ ਹੈ। ਅਤੇ ਚਲੋ ਇਹ ਹੈ ਕਿ ਉਮੀਦ ਤਾਂ ਹੈ ਕਿ ਰਿਕਵਰ ਹੋ ਜਾਏਗਾ ਜਿਸ ਤਰ੍ਹਾਂ ਤੁਸੀਂ ਟੀਮ ਨਾਲ ਰਾਬਤਾ ਕਰ ਰਹੇ ਹੋ। ਨਾ ਇਹ ਤੇ ਰੱਬ ਦੀ ਜ਼ਾਤ ਨੂੰ ਪਤਾ ਨਾ, ਜੇ ਕੋਈ ਪੁੱਛੇਗਾ ਕਹਿਣ ਵਾਲਾ ਤੇ ਬਣਾਂਗੇ ਭਾਈ 10 ਮਿਲੀਅਨ ਫਾਲੋਅਰ। ਹਾਂਜੀ, ਤੇ ਚਲੋ ਬਾਕੀ ਜੀ ਹੁਣ ਆਪਾਂ ਡੇਅਰੀ ਫਾਰਮ ਤੇ ਵੀ ਚੱਲਣਾ ਹੈ, ਮੱਝਾਂ ਵੀ ਦਿਖਾਣੀਆਂ ਨੇ ਜਿਹੜੀਆਂ। ਹਾਂਜੀ, ਬੰਦੇ ਵੀ ਆਉਣ ਵਾਲੇ ਨੇ, ਉਹ ਗਾਹਕ। ਹਾਂਜੀ, ਤੇ ਉਹਨਾਂ ਨੂੰ ਵੀ ਮੱਝਾਂ ਵਹਾਣੀਆਂ, ਚਲੋ ਉੱਥੇ ਚੱਲ ਕੇ ਗੱਲਬਾਤ ਕਰਦੇ ਹਾਂ। ਚਲੋ ਠੀਕ ਹੈ ਜੀ, ਪੱਠੇ ਆਪਣੇ ਮੁੰਡੇ ਵੱਢ ਲਿਆਂਗੇ, ਵੱਢਣ ਦੀ ਡਿਊਟੀ ਮੇਰੀ ਆ ਸਾਰੇ, ਮੈਂ ਵੱਢੇ ਮਸ਼ੀਨ ਨਾਲ। ਲਓ ਜੀ ਇਹ ਚੈੱਕ ਕਰੋ ਜੀ, ਆ 2 ਕਨਾਲ ਥਾਂ ਵੱਢਿਆ ਤੇ ਚਰੀ, ਅੱਜ ਕੱਲ ਪਾਉਂਦੇ ਚਰੀ ਆ, ਮਕਈ ਨਹੀਂ ਪਾਉਂਦੇ। ਮਕਈ ਪੱਠਾ ਜਿਹੜਾ ਨਾ ਬਾਦੀ ਹੁੰਦਾ, ਉਹਦੇ ਨਾਲ ਮਸਾਲੇ ਮਸੂਲੇ। ਚਲੋ ਥੋੜਾ ਗਾਂ ਕਰ ਲਓ, ਗੱਡੀ ਗਾਂ ਕਰ ਦਿਓ ਥੋੜੀ ਜੀ, ਹੁਣ ਪਿੱਛੇ ਪੱਠੇ ਮੁੱਕ ਗਏ ਆ। ਯਾਰ ਉਹ ਬੰਨਾ ਵੱਢਣਾ ਦਾਤਰੀ ਨਾਲ, ਆ ਬੰਨਿਆਂ ਦੇ ਨਾਲ ਨਾਲ ਦਾਤਰੀ ਨਾਲ ਸਾਊਂਡ ਚੈੱਕ ਕਰਾਉਂਦੇ ਆ ਗੱਡੀ ਦੀ ਜੀ, ਇਹਦੇ ਨਾਲ ਸਰਵਿਸ ਦੇ ਟਾਇਰ ਪਵਾਏ ਆ ਤੇ ਵੇਖੋ ਹੁਣ ਝਟਕੇ ਮਾਰਦੀ ਆ, ਪਿੱਛੇ ਬੰਦਾ ਸੁੱਟ ਦਿੱਤਾ। ਬੰਦ ਕਰ ਦਿਓ ਜੀ। ਵਕਾਰ ਭਾਈ ਟਾਇਰ ਪਵਾਇਆ ਸੀ ਸਰਵਿਸ, ਇਹਨਾਂ ਨੇ ਪਰੇਸ਼ਾਨ ਤਾਂ ਨਹੀਂ ਕੀਤਾ ਤੁਹਾਨੂੰ? ਨਹੀਂ, ਬਿਹਤਰੀਨ ਚੱਲਦੇ ਨੇ, ਅਵੇਲ ਹੋ ਲਏ ਇੰਜੀ ਨੇ ਜਿਵੇਂ ਨਵੇਂ ਨੇ। 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ ਇਹਦੇ, ਨਹੀਂ 10 ਸਾਲ ਜਾਂਦੇ। ਅਸੀਂ ਪੱਠੇ ਢੋਣੇ ਹੁੰਦੇ ਨੇ, ਹਾਂਜੀ, ਪਰ ਉਦੋਂ ਟਿੱਲ ਲਾਂਦਾ ਸੀ ਬੜਾ, ਹਾਂਜੀ, ਟਾਇਰ ਰਗੜੀ ਜਾਂਦੇ ਸੀ। ਹੁਣ ਜ਼ੋਰ ਵੱਜ ਕੇ ਲੱਗਦਾ ਨਾ, ਤੇ ਹੁਣ ਇੰਜਨ ਥੋੜਾ ਇਹਦਾ ਹੋਣ ਵਾਲਾ। ਹਾਂਜੀ, ਤੇ ਚਲੋ ਜੀ ਆ ਜਾਓ ਹੁਣ ਆਪਾਂ ਚੱਲਦੇ ਹਾਂ ਆਪਣਾ ਡੇਅਰੀ ਫਾਰਮ ਤੇ, ਔਰ ਮੱਝਾਂ ਤੁਹਾਨੂੰ ਦਿਖਾਉਂਦੇ ਹਾਂ ਜੀ, ਸ਼ਾਮ ਦਾ ਟਾਈਮ ਲੱਦ ਕੇ ਲੈ ਆਓਗੇ ਨਾ? ਤੇ ਆਪਣਾ ਜੈਨੀ ਹੈ ਜੀ ਮੁੰਡਾ, ਤੇ ਆਪਣਾ ਦੂਸਰਾ ਜੈਨੀ ਫਾਨੀ ਤੂਤੂ। ਹਾਂਜੀ, ਇਹ ਬੰਦਾ ਕਹਿੰਦਾ ਸੀ ਤੇਰੀ ਤਸਵੀਰ ਨਹੀਂ ਆ ਰਹੀ ਯਾਰ, ਇਹਦੀ ਮੈਂ ਵੀਡੀਓ ਲਾਈ ਟਿਕਟੋਕ ਤੇ,
ਇਹਨੇ ਮੈਂ ਕਿਹਾ ਮੇਰੀ ਵੀਡੀਓ ਬਣਾਓ, ਕਹਿੰਦਾ ਅੱਛਾ। ਇਹਨੇ ਮੈਂ ਕੈਮਰਾ ਆਪਣੇ ਵੱਲ ਚਲਾ ਕੇ ਦਿੱਤਾ, ਇਹਨੇ ਕਿਤੇ ਹੱਥ ਮਾਰਿਆ ਸਾਈਡ ਦੇ ਬਟਨ ਨੂੰ, ਫਰੰਟ ਕੈਮਰਾ ਚੱਲ ਗਿਆ ਇੰਝ ਕਰੇ। ਮੈਂ ਟੱਪ ਮਾਰੀ ਜਾਂਦਾ, ਮੈਂ ਕਿਹਾ ਵੀਡੀਓ ਬਣੀ, ਕਹਿੰਦਾ ਇਹ ਤੇਰੀ ਤਸਵੀਰ ਨਹੀਂ ਆ ਰਹੀ, ਇਹ ਗੱਲ ਕੀ ਹੈ? ਉਹ ਵੀ ਬੜੀ ਵਾਇਰਲ ਹੋਈ ਸੀ ਉਹਦੀ। ਹਾਂਜੀ, ਚਲੋ ਸਿੱਧਾ ਜਿਹਾ ਬੰਦਾ ਭਾਈ, ਅੱਲਾ ਪਾ ਕੇ ਇਹਨੂੰ ਸਲਾਮਤ ਰੱਖੇ। ਫਾਨੀ ਕਿੰਨਵਾਂ ਸਾਲ ਹੈ? 5 ਸਾਲ ਹੋ ਗਏ ਇਹਨੂੰ। ਲੋ ਜੀ, ਇਹ ਮਾਸ਼ਾਅੱਲਾ, ਬੜੀ ਅੱਛੀ ਗੱਲ ਹੁੰਦੀ ਹੈ ਕਿ ਕੋਈ ਵਫਾਦਾਰ ਬੰਦਾ ਇਸ ਤਰ੍ਹਾਂ ਦਾ ਹੋਵੇ ਜਿਹੜਾ ਜ਼ਿਆਦਾ ਦੇਰ ਟਾਈਮ ਨਾਲ ਚੱਲੇ ਔਖੇ ਸੌਖੇ ਵੇਲੇ। ਦੇਖੋ ਇਹ ਹੁਣ ਮਤਲਬ ਖੁਸ਼ ਹੈ ਤੇ ਇੱਕ ਵਕਤ ਗੁਜ਼ਰੀ ਜਾਂਦਾ ਨਾ। ਹਾਂਜੀ, ਤੇ ਜੇ ਖੁਸ਼ ਨਾ ਹੋਏ ਤੇ ਵਕਤ ਕਿਵੇਂ ਗੁਜ਼ਰ ਸਕਦਾ? ਆਪਣੇ ਭਰਾਵਾਂ ਨਾਲ 2-4 ਦਿਨ ਨਹੀਂ ਲੰਘਦੇ ਜੇ ਉਹ ਖੁਸ਼ ਨਾ ਹੋਣ। ਹਾਂਜੀ, ਤੇ ਫਿਰ ਪਰਾਇਆ। ਅੱਛਾ, ਆਪਣੇ ਨਾਲ ਡਾਕਟਰ ਸਾਹਿਬ ਵੀ ਹੈ ਜੀ, ਇਹਨਾਂ ਨੂੰ ਥੋੜਾ ਤਾਰਫ ਕਰਾਓ ਕਿ ਇਹਨਾਂ ਦੇ। ਇਹ ਮੇਰੇ ਵੱਡੇ ਭਾਈ ਨੇ, ਇਹ ਮਾਸ਼ਾਅੱਲਾ ਡੰਗਰ ਡਾਕਟਰ ਹੈ, ਇਹਦਾ ਮੱਝਾਂ ਦਾ ਸਟੋਰ ਡਾਕਟਰ ਉਹਨੇ ਕਿਹਾ ਤਾਂ ਹੀ ਬੜਾ ਸੀ। ਇਹ ਭਾਈ ਸਾਡੀ ਵੈਟਰਨਰੀ ਆ ਨਨਕਾਣੇ, ਹਾਂਜੀ, ਪਾਕਿਸਤਾਨ ਵੈਟਰਨਰੀ, ਸਹੀ ਹੋ ਗਿਆ। ਤੇ ਉੱਥੇ ਹੁੰਦਾ ਸਾਡੇ ਕੋਲ ਜਿਹੜੀਆਂ 80-90 ਮੱਝਾਂ ਆਏ, ਅਸੀਂ ਇਹਦੇ ਕੋਲ ਫ੍ਰੀ ਦਵਾਈ ਲਿਆਉਂਦੇ ਹਾਂ। ਸਹੀ ਹੋ ਗਿਆ ਜੀ, ਤੇ ਤੁਹਾਨੂੰ ਤੇ ਇਹਨੂੰ ਨਾਲ ਬਰਾਬਰ ਘਰ ਦੀ ਮੁਰਗੀ। ਹਾਂ, ਅੱਛਾ, ਇਹ ਮਸ਼ੀਨ ਹੈ ਜੀ ਤੁਹਾਡੀ? ਇਹ ਮਸ਼ੀਨ ਇਹਦੇ ਨਾਲ ਵੱਡੇ ਨੇ। ਲਓ ਜੀ, ਇਹ ਇਹਨਾਂ ਨੇ ਮੰਗਵਾਈ ਸੀ ਡਸਕੀਓ ਸੂਬੀ ਐਗਰੋ ਵਾਲਿਆਂ ਕੋਲ। ਕਿਸੇ ਵੇਲੇ ਤੁਹਾਨੂੰ ਇਹਦੀ ਮੁਕੰਮਲ ਵੀਡੀਓ ਦੇਵਾਂਗੇ, ਤੇ ਚੱਲਦੇ ਹਾਂ ਜੀ ਹੁਣ ਬਾਕੀ ਆਪਣਾ ਦੂਸਰੇ ਫਾਰਮ 'ਤੇ, ਉਹ ਵੀ ਤੁਹਾਨੂੰ ਦਿਖਾਓ। ਲਓ ਜੀ ਦੋਸਤੋ, ਪੈਲੀ 'ਚੋਂ ਅਸੀਂ ਆ ਗਏ ਹਾਂ ਜੀ ਇੱਥੇ ਡੇਅਰੀ ਫਾਰਮ 'ਤੇ, ਬਿੰਡਰ ਡੇਅਰੀ ਫਾਰਮ 'ਤੇ ਜੀ। ਤੁਸੀਂ ਇਹ ਦੇਖ ਸਕਦੇ ਹੋ, ਇੱਥੇ ਬੰਦੇ ਆਏ ਨੇ ਮੱਝਾਂ ਦੇਖ ਰਹੇ ਨੇ, ਸੌਦੇ ਕਰ ਰਹੇ ਨੇ, ਲੈ ਕੇ ਜਾ ਰਹੇ ਨੇ। ਜਿਹੜੀ ਸਭ ਤੋਂ ਮੇਨ ਗੱਲ ਇਹ ਹੈ ਜੀ ਕਿ ਇੱਥੇ ਇੱਕ ਚਾਚੇ ਹੁਣੀ ਆਏ ਆ, ਭਾਈ ਹੁਣੀ, ਅਤੇ ਜਦੋਂ ਮੈਂ ਪਿਛਲੀ ਦਫ਼ਾ ਆਇਆ ਸੀ ਉਦੋਂ ਵੀ ਇਹ ਭਾਈ ਇੱਥੋਂ ਮੱਝਾਂ ਲੈ ਕੇ ਗਏ ਸੀ, ਅਤੇ ਦੁਬਾਰਾ ਫਿਰ ਆਏ ਨੇ। ਤਾਂ ਮਤਲਬ ਇਹ ਹੈ ਕਿ ਜਿਸ ਬੰਦੇ ਨੂੰ ਇੱਕ ਵਾਰੀ ਚੀਜ਼ ਦੇ ਵਿੱਚੋਂ ਕੋਈ ਅੱਛੀ ਚੀਜ਼ ਨਜ਼ਰ ਆਉਂਦੀ ਹੈ ਨਾ, ਜਾਂ ਉਹਨੂੰ ਸਵਾਦ ਆਇਆ ਹੋਵੇ ਸੌਦਾ ਲੈਣ ਦਾ, ਤਾਂ ਫਿਰ ਹੀ ਉਹ ਦੁਬਾਰਾ ਆਉਂਦਾ। ਹਾਂਜੀ, ਅਤੇ ਜੇ ਉਹਦੇ ਨਾਲ ਪਹਿਲੀ ਵਾਰੀ ਧੋਖਾ ਆਇਆ ਹੋਵੇ ਦੁਬਾਰਾ ਉਹ ਫਿਰ ਨਹੀਂ ਆਉਂਦਾ। ਹਾਂਜੀ, ਅਤੇ ਇਹ ਭਾਈ ਹੁਣੀ ਇੱਧਰ ਬੈਠੇ ਨੇ ਇਹ ਜੀ ਇੱਧਰ ਸਾਹਮਣੇ, ਅਤੇ ਅੱਜ ਮੈਂ ਇੱਕ ਮਹੀਨੇ ਬਾਅਦ ਫਿਰ ਆਇਆ ਅਤੇ ਅੱਜ ਇਹੀ ਭਾਈ ਮੈਨੂੰ ਮਿਲੇ ਨੇ। ਹੋਰ ਵੀ ਬੰਦੇ ਮੱਝਾਂ ਲੈ ਕੇ ਜਾ ਰਹੇ ਸ਼ੇਖੂਪੁਰੇ ਤੋਂ ਆਏ ਨੇ, ਸ਼ੇਖੂਪੁਰੇ ਤੋਂ ਆਏ ਨੇ, ਅਤੇ ਕਹਿ ਰਹੇ ਕਿ ਅਸੀਂ ਸਾਰਾ ਕੁਝ ਇਲਾਕਾ ਫਿਰ ਕੇ ਅਤੇ ਸਾਨੂੰ ਕਿਤੇ ਮਾਲ ਪਸੰਦ ਨਹੀਂ ਆਇਆ, ਅਤੇ ਲਾ ਬੱਚਾ ਦਾ ਫਿਰ ਮੱਝ ਲੈ ਕੇ ਜਾ ਰਹੇ। ਅੱਛਾ ਵਕਾਰ ਭਾਈ, ਸਾਨੂੰ ਮੱਝਾਂ ਦਿਖਾ ਦਿਓ ਤੁਹਾਡੇ ਕੋਲ ਹੁਣ ਜਿਹੜੀਆਂ ਜਿਹੜੀਆਂ ਮੱਝਾਂ ਨੇ। ਹਾਂਜੀ, ਆ ਮੱਝਾਂ ਕਿਹੜੀ ਕਿਹੜੀ ਫਾਰ ਸੇਲ ਆ, ਕਿਹੜੀ ਕਿਹੜੀ ਵੇਚੀ ਆ? 72 ਨੰਬਰ ਆ। ਅੱਛਾ ਜੀ, ਇਹ ਛੋਟੀ ਸੂਈ ਆ, ਦੂਜੇ ਸੂਏ, ਇਹ ਕਿਹੜੀ ਕੰਪਨੀ ਆ, ਕਿਹੜੀ ਨਸਲ ਆ, ਕੋਈ ਦੱਸੋ ਇਹਦਾ ਕਿਹੜਾ ਮਾਡਲ? ਨਸਲ ਇਹਦਾ ਸੇਰੀ ਨਸਲ ਆ ਦੀ, ਵੇਖੋ ਕੋਈ ਮਾਡਲ ਸ਼ਾਡਲ ਕੋਈ ਕੀ ਇਹਦਾ ਦੱਸਣਾ? ਦਰਿਆ ਦੀ ਏ। ਅੱਛਾ ਜੀ, ਉਕਾੜੇ ਵੱਲੋਂ ਆਈ ਹੈ, ਤੇ ਇਹ ਜਿਹੜੀ ਮੱਝ, ਹਾਂਜੀ, ਆ ਵੇਖੋ, ਠੀਕ ਹੈ ਜੀ, 75 ਨੰਬਰ, ਸਹੀ ਹੋ ਗਿਆ ਜੀ। ਇਹਦੇ ਮਗਰ ਕੱਟੀ ਹੈ, ਕੱਟੀ ਇਹਨੇ ਜਿੱਡੀ ਅੱਪੀ ਹੈ ਨਾ, ਹਾਂਜੀ, ਓਡੀ ਕੱਟੀ ਦਿੱਤੀ। ਅੱਛਾ ਜੀ, 70 ਨੰਬਰ ਤੁਹਾਨੂੰ ਦੱਸਿਆ, ਇਹ ਸੇਲ ਹੋ ਗਈ ਆ। ਲਓ ਜੀ, ਆ ਵੇਖ ਗਈ ਹੈ ਮੱਝ, ਤੇ ਆ ਬੂਰੀ ਵੀ ਪਿੱਛੇ, ਬੂਰੀ ਜਿਹੜੀ ਆ ਉਹ ਹਲੇ ਖਲੋਤੀ ਆ। ਅੱਛਾ ਜੀ, 80 ਨੰਬਰ, 80 ਨੰਬਰ ਹੈ ਜੀ ਬੂਰੀ। ਹਾਂ, ਤੇ ਇਹ ਜਿਹੜੀ ਆ 89 ਨੰਬਰ ਮਿੰਨੀ। ਜੀ ਜੀ, ਸਹੀ ਹੋ ਗਿਆ ਜੀ। ਉਹ ਬਾਅਦ ਇੱਕ ਝੋਟੀ ਹੋਰ ਇਹ ਤਾਂ ਖਲੋਤੀ ਆ, ਸਹੀ, ਇਹ ਝੋਟੀ। ਲਓ ਜੀ, ਇਹ ਚੈੱਕ ਕਰੋ ਜੀ ਮੱਝ, ਮਹੀਂ ਚੈੱਕ ਕਰੋ ਜੀ, ਮਹੀਂ ਮੱਝ ਵੇਖੋ, ਪਹਿਲੇ ਸੂਏ ਝੋਟੀ ਆ, 81 ਨੰਬਰ ਆ, ਕਿੱਡੀ ਜਨੀ ਜਵਾਨ ਆ। ਅੱਛਾ ਜੀ, ਇਹ ਚੈੱਕ ਕਰੋ ਜੀ, ਇਹ ਬੱਚਾ ਭੁੱਲੀ ਆ, ਸਹੀ ਹੋ ਗਿਆ। ਇਹ ਹਲੇ ਅਸੀਂ ਸਿੱਧੀ ਕਰਦੇ ਪਏ ਆ, ਪਹਾੜੇ ਤੇ ਲਾਉਂਦੇ ਆ। ਹਾਂਜੀ, ਅੱਜ ਚੌਥਾ ਦਿਨ ਆ ਸੂਈ ਨੂੰ, ਸਹੀ ਹੋ ਗਿਆ। ਅੱਲਾ ਕਰੇ ਪਹਾੜੇ ਤੇ ਲੱਗ ਜਾਏਗੀ, ਤੇ ਫਿਰ ਕਿਸੇ ਨੂੰ ਦਾਂਗੇ, ਦੱਸ ਕੇ ਦਾਂਗੇ ਕਿ ਬੱਚਾ ਭੁੱਲਿਆ, ਕਿਉਂਕਿ ਐਵੇਂ ਕੋਈ ਬਾਦੂਆਂ ਦਿੰਦਾ ਰਹੇਗਾ। ਸਹੀ। ਅੱਛਾ ਵਕਾਰ ਭਾਈ, ਮੰਡੀਆਂ 'ਚ ਤੁਸੀਂ ਜਾਂਦੇ ਹੋ, ਮੈਂ ਅੱਗੇ ਵੀ ਤੁਹਾਨੂੰ ਪੁੱਛਿਆ ਸੀ ਤੁਹਾਡੇ ਕੋਲ ਇੱਥੇ ਲੋਕ ਕਿਉਂ ਆਉਂਦੇ ਨੇ, ਜ਼ਿਆਦਾ ਉਹਨਾਂ ਨੂੰ ਕੀ ਤਸੱਲੀ ਹੁੰਦੀ ਹੈ ਜਾਂ ਵੈਸੇ ਚੀਜ਼ ਅੱਛੀ ਮਿਲ ਜਾਂਦੀ, ਵਾਰੇ ਦੀ ਮਿਲ ਜਾਂਦੀ ਹੈ? ਬਾਈ, ਅਸੀਂ ਨਾ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਆਪਣੇ ਵਾਲਾ ਸਾਹਿਬ ਨਾਲ ਮੱਝਾਂ ਲੈਣ ਜਾਈਦਾ ਸੀ ਜੀ, ਅਸੀਂ ਆਪ ਡੇਰਿਆਂ ਤੋਂ ਹੀ ਮੱਝਾਂ ਲੈਂਦੇ ਸੀ। ਸਹੀ, ਡੇਰੇ ਤੋਂ ਇਹ ਹੁੰਦਾ ਕਿ ਖਸਮ ਹੁੰਦੇ ਨੇ ਪਿੱਛੇ। ਹਾਂਜੀ, ਬੰਦਾ ਕਿਸੇ ਨੂੰ ਲਾਂਭਾ ਦੇ ਸਕਦਾ, 4 ਜੀਲ ਜਾ ਕੇ ਵਿਜ਼ਿਟ ਕਰ ਸਕਦਾ ਕਿ ਕੀ ਕੀਤਾ ਜੀ। ਹਾਂਜੀ,
ਤੇ ਅਗਲਾ ਬੰਦੇ ਨੂੰ ਡਰ ਹੁੰਦਾ ਕਿ ਮੇਰੀ ਇੱਜ਼ਤ ਖਰਾਬ ਨਾ ਆਏ, ਫਿਰ ਮੱਝ ਜੇ ਕੋਈ ਐਬ ਵੈਲ ਹੋਏ ਤੇ ਉਹ ਪਹਿਲਾਂ ਹੀ ਦੱਸ ਦਿੰਦਾ ਕਿ ਮੱਝ ਚ ਨੁਕਸ ਆ। ਹਾਂਜੀ, ਤੇ ਬਾਕੀ ਹੁਣ ਆਪਣਾ ਰਾਬਤਾ ਨੰਬਰ ਇੱਕ ਤੇ ਸਾਨੂੰ ਦਿਓ, ਜਿਹਨਾਂ ਲੋਕਾਂ ਨੇ ਮੱਝਾਂ ਦੇ ਬਾਰੇ ਤੁਹਾਡੇ ਕੋਲ ਪੁੱਛਣਾ ਹੈ, ਮਾਲੂਮਾਤ ਲੈਣੀ ਹੈ, ਤੁਹਾਡੀ ਡੇਲੀ ਵੀਡੀਓ ਤੇ ਆਉਂਦੀਆਂ ਨੇ। ਹਾਂਜੀ, ਤੇ ਅਗਰ ਕਿਸੇ ਨੇ ਡੇਲੀ ਵੀਡੀਓ ਦੇਖਣੀ ਹੋਣੀ ਇੱਕ ਤੇ ਤੁਹਾਡੇ ਚੈਨਲ ਤੇ ਵੀ ਆਉਂਦੀ ਹੈ, ਹਾਂਜੀ, ਤੇ ਦੂਸਰਾ ਟਿਕਟੋਕ ਤੇ ਵੀ ਤੁਸੀਂ ਲਗਾਉਂਦੇ ਹੋ, ਤੇ ਬਾਕੀ ਮਜ਼ੀਦ ਜਿਹੜਾ ਕੋਈ ਇੱਕ ਨੰਬਰ ਦੇ ਦਿਓ, ਕੋਈ ਐਡਰੈਸ ਵੀ ਦੱਸ ਦਿਓ ਜਿਹਨਾਂ ਨੇ। ਐਡਰੈਸ ਤੁਹਾਡਾ ਨਨਕਾਣਾ ਸਾਹਿਬ ਮੋਟਰਵੇ ਦੇ ਨਾਲ ਹੈ, ਨਨਕਾਣਾ ਸਾਹਿਬ ਇੰਟਰਚੇਂਜ ਉੱਤਰ ਕੇ ਜਿਹਨੂੰ ਮਰਜ਼ੀ ਪੁੱਛਣਗੇ ਭਿੰਡਰਾਂ ਦੇ ਢੇਰ ਤੇ ਜਾਣਾ। ਸਹੀ, ਤੇ ਵਟਸਐਪ ਨੰਬਰ ਹੈ 03061447447, ਇਹਦੇ ਤੇ ਕਾਲ ਵੀ ਕਰ ਸਕਦੇ ਹੋ, ਵਟਸਐਪ ਵੀ ਹੈ 03061447447। ਲਓ ਜੀ, ਇਹ ਭਾਈ ਹੁਣੀ ਆਏ ਜਿਹਨਾਂ ਦੀ ਅਸੀਂ ਅੱਗੇ ਗੱਲ ਕਰ ਰਹੇ ਸੀ। ਭਾਈ ਕਿੰਨੇ ਦੀ ਹੋਈ ਹੈ ਮੱਝ? ਪਤਾ ਨਹੀਂ। ਅੱਛਾ, ਇਹ ਦੂਸਰੀ ਵਾਰੀ ਆਏ ਨੇ ਤੇ ਬੜੇ ਰਾਜ਼ੀ ਗਏ ਨੇ ਮਾਸ਼ਾਅੱਲਾ। ਚਲੋ, ਅੱਲਾ ਪਾਕ ਸਲਾਮਤ ਰੱਖੇ। ਅੱਛੀ ਗੱਲ ਹੁੰਦੀ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਸੌਦਾ ਲੈ ਕੇ ਜਾਂਦਾ ਤੇ ਇਹ ਮੱਝ ਦਿੱਤੀ ਇਹਨਾਂ ਨੂੰ, ਇਹ ਮੱਝ ਇਹਨਾਂ ਦੀ ਹੋ ਗਈ ਹੈ ਜੀ, ਇਹ ਹੁਣ 70 ਨੰਬਰ ਟੈਗ ਤੁਸੀਂ ਲੋਡ ਕਰਵਾਣੀ ਹੈ ਜੀ। ਜੀ ਜੀ, ਸਵੇਰ ਖੜਨੀ ਹੈ। ਪੈਸੇ ਉਹਨਾਂ ਹੀ ਦੇਣੇ ਨੇ ਕਿਰਾਇਆ। ਅੱਛਾ ਜੀ, ਅਸੀਂ ਸਿਰਫ ਲੋਡ ਕਰਾਣੀ ਹੈ। ਠੀਕ ਹੋ ਗਿਆ ਜੀ। ਚਲੋ, ਸਭ ਤੋਂ ਅੱਛੀ ਗੱਲ ਇਹ ਹੈ ਕਿ ਇੱਥੇ ਬੰਦਿਆਂ ਨਾਲ ਧੋਖਾ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ। ਲੋ ਜੀ ਦੋਸਤੋ, ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੇ। ਬਾਕੀ ਗੱਲਾਂ ਕਾਫੀ ਪੁੱਛਣੀਆਂ ਸਨ, ਲੇਕਿਨ ਹੁਣ ਹਨੇਰਾ ਹੋ ਗਿਆ। ਫੇਰ ਸਹੀ, ਫੇਰ ਸਹੀ ਇਨਸ਼ਾਅੱਲਾ। ਤੇ ਮਿਲਣ ਦੇ ਵੀ ਬਹਾਨੇ ਨੇ ਨਾ, ਫੇਰ ਸਹੀ ਇਨਸ਼ਾਅੱਲਾ। ਸਰਕਾਰ ਭਾਈ, ਤੁਹਾਡਾ ਬਹੁਤ ਸ਼ੁਕਰੀਆ। ਅੱਲਾ ਪਾਕ ਸਲਾਮਤ ਰੱਖੇ। ਤੁਸੀਂ ਖਸੂਸੀ ਟਾਈਮ ਸਾਨੂੰ ਦਿੰਦੇ ਹੋ ਤੇ ਆਪਣਾ ਕੀਮਤੀ ਵਕਤ ਹੁੰਦਾ ਤੇ ਮਸਰੂਫੀਅਤ ਕਾਫੀ, ਇੰਨਾ ਮਾਲ ਸਾਂਭਣਾ ਤੇ ਇੰਨਾ ਜ਼ਿੰਮੇਦਾਰਾ ਸਾਂਭਣਾ। ਤੇ ਮੈਂ ਇੱਕ ਹੋਰ ਸਵਾਲ ਪੁੱਛਣਾ ਸੀ, ਜਿਹੜੀ ਪਹਿਲੀ ਮੁੰਜੀ ਨੇ ਰੋਲ ਦਿੱਤਾ ਤੇ ਦੂਜੀ ਨੇ ਬਚਾਇਆ ਕਿ ਨਹੀਂ? ਦੂਜੀ ਤੇ ਹਲੇ ਆਏਗੀ ਤੇ ਪਤਾ ਲੱਗੇਗਾ। ਚਲੋ ਜੀ, ਅੱਲਾ ਖੈਰ ਕਰੇ, ਅਸੀਂ ਵੀ ਇਹਦੀ ਆਸ ਤੇ ਬੈਠੇ ਹਾਂ। ਹਾਂਜੀ, ਲੋ ਜੀ ਦੋਸਤੋ, ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ, ਵੀਡੀਓ ਦੇ ਬਾਰੇ ਆਪਣੀ ਰਾਏ ਜ਼ਰੂਰ ਦਿਓ। ਵੀਡੀਓ ਦੇਖਣ ਦਾ ਸ਼ੁਕਰੀਆ। ਅੱਲਾ ਹਾਫਿਜ਼।